ਤੇ ਇੱਥੇ ਅੱਗ ਬਾਲ ਬੁਲਣ ਦੇ ਸਟੋਰ ਕੀਤਾ, ਲਸਣ ਹੈਗਾ ਵਾ, ਪਿਆਜ਼ ਵਾ, ਤੇ ਆਹ ਦੁੱਧ ਰਿੜਕਣ ਵਾਸਤੇ ਮੱਖਣ ਬਣਾਉਣ ਵਾਸਤੇ ਇਹਨਾਂ ਨੇ ਡੰਡਾ ਲਗਾਇਆ, ਮਧਾਣੀ ਟੰਗੀ ਹੋਈ ਆ, ਉੱਪਰ ਛੱਤ ਦੇਖੋ ਮਾਸ਼ਾ, ਬਹੁਤ ਹੀ ਜ਼ਬਰਦਸਤ ਸਾਦਾ ਕਾਨਿਆਂ ਦੀ ਤੇ ਬਾਲਣ ਦੀ। ਹਾਂਜੀ ਮਾਸ਼ਾਅੱਲਾ ਜੀ, ਦੇਖੋ ਠੰਡੀ ਹਵਾ ਰਫਤ ਦੀ, ਨਾਲ ਪਿੱਛੇ ਦਾ ਵਿਊ ਦੇਖੋ ਮਾਸ਼ਾਅੱਲਾ, ਬਹੁਤ ਹੀ ਜ਼ਬਰਦਸਤ ਮਾਸ਼ਾਅੱਲਾ ਜੀ। ਠੰਡੀ ਫਰਿੱਜ ਹੈਗੀ ਆ, ਇਹ 'ਚ ਪਾਣੀ ਗਰਮੀ ਨੂੰ ਬਹੁਤ ਜ਼ਿਆਦਾ ਠੰਡਾ ਰਹਿੰਦਾ ਹੈਗਾ ਵਾ। ਜਦੋਂ ਲੋਕ ਇਹਨਾਂ ਘੜਿਆਂ ਦਾ ਪਾਣੀ ਪੀਂਦੇ ਸੀ ਤਾਂ ਬਿਮਾਰ ਵੀ ਨਹੀਂ ਸੀ ਹੁੰਦੇ। ਏਦਾਂ ਹੀ ਨੀਚਾ ਪਾਣੀ ਛਿੜਕਾਇਆ ਹੋਇਆ ਵਾ, ਘੜੇ ਰੱਖੇ ਹੋਏ ਆ। ਅਸਲਾਮ ਵਾਲੇਕਮ ਜੀ, ਵੈਲਕਮ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ ਚੈਨਲਾਂ ਦੇ ਵਿੱਚ ਜੀ। ਮੈਂ ਦੇਸੀ ਰੰਗ ਮਹਿਸ਼ ਦੇ ਸੰਗ ਅਤੇ ਬੁਸ਼ਰਾ ਫੈਮਿਲੀ ਵਲੋਗ ਜੀ, ਮਾਸ਼ਾਅੱਲਾ ਅਸੀਂ ਦੋਨੋਂ ਇਕੱਠੇ ਹੈਗੇ ਹਾਂ ਅਤੇ ਇੰਜੋਏ ਕਰਨ ਡੇ ਸੀ ਤੁਹਾਡੇ ਵਾਸਤੇ ਖਾਸ ਮਾਸ਼ਾਅੱਲਾ, ਬਹੁਤ ਹੀ ਜ਼ਬਰਦਸਤ, ਜਿੱਦਾਂ ਕਿ ਤੁਸੀਂ ਬਹੁਤ ਹੀ ਪਸੰਦ ਕਰਦੇ ਹੋ ਮਡ ਹਾਊਸ, ਕੱਚੇ ਘਰ, ਪੁਰਾਣਾ ਦੌਰ, ਪੁਰਾਣਾ ਜ਼ਮਾਨਾ, ਤੁਹਾਡੇ ਵਾਸਤੇ ਵਲੋਗਸ ਲੈ ਕੇ ਆਏ ਹਾਂ, ਬਹੁਤ ਹੀ ਜ਼ਬਰਦਸਤ ਜੀ ਤੁਹਾਡੇ ਵਾਸਤੇ, ਅਸੀਂ ਬਹੁਤ ਦੂਰ ਆਏ ਹਾਂ ਵਲੋਗਿੰਗ ਕਰਨ। ਹਾਂਜੀ ਬਿਲਕੁਲ, ਅਤੇ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਾਨ ਦੀ ਘੰਟੀ ਵਜਾਉਣਾ ਬਿਲਕੁਲ ਵੀ ਨਾ ਭੁੱਲਿਓ। ਅਤੇ ਹਾਂਜੀ ਜੀ, ਨਾਲ ਨਾਲ ਤੁਹਾਨੂੰ ਤੁਰੇ ਜਾਂਦੇ ਤਾਂ ਦਾਂਦ ਦੱਸਦੇ ਜਾਂਦੇ ਹਾਂ, ਇਹ ਆਪਣੇ ਦੇ ਟੂਟੀਆਂ ਨਲਕੇ ਹਾਂਜੀ ਮਾਸ਼ਾਅੱਲਾ, ਜਿੱਦਾਂ ਕਿ ਆਪਣੇ ਘਰਾਂ 'ਚ ਲੱਗੀਆਂ ਹੁੰਦੀਆਂ ਟੂਟੀਆਂ ਮੋਟਰਾਂ, ਅਤੇ ਇਹਨਾਂ ਦੇ ਸਿਰਫ ਪਾਣੀ ਵਾਲਾ ਸਿਸਟਮ, ਸਿਰਫ ਆਹ ਨਲਕਾ ਹੀ ਹੈਗਾ ਵਾ, ਅਤੇ ਨਾਲ ਜੀ ਦਿੰਦਾ ਵਾ ਪਾਣੀ ਸਹੀ ਹੁੰਦਾ, ਕੱਲ੍ਹ ਵਾਲੇ ਨੂੰ ਬਹੁਤ ਆਇਆ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਇਹਨਾਂ ਦੀ ਮੁਰਗੀਆਂ ਵਾਲਾ ਟੋਕਰਾ ਵਾ, ਆਹ ਵੇਖਿਆ ਕਰੀ ਮੁਰਗੀਆਂ ਟੱਕਰੀਆਂ ਨਹੀਂ, ਅਸੀਂ ਅੰਮੀ ਮੇਰੀ ਘਰ ਨਹੀਂ, ਅਤੇ ਆਹ ਇਹਨਾਂ ਦਾ ਖੁੱਡਾ ਵਾ, ਬੱਚੀ ਜੀ ਕੈਮਰਾਮੈਨ ਸੀ, ਮਾਸ਼ਾਅੱਲਾ ਦਰਖਤ ਦੀ ਠੰਡੀ ਛਾਂ ਵਾ, ਆਹ ਇੱਕ ਬੱਚੀ ਨਿੱਕੀ ਜੀ ਡਰਨ ਡਈ ਆ, ਦੇਖੋ ਖੁੱਡਾ ਨਵੇਂ ਸਟਾਈਲ ਦਾ, ਮੁਰਗੀ ਨਾ ਨਿਕਲ ਜਾਏ ਵਿੱਚੋਂ, ਨਹੀਂ ਨਹੀਂ ਮੁਰਗੀ ਕਹੀ ਨਹੀਂ ਆਈ, ਕਿੰਨਾ ਜ਼ਬਰਦਸਤ ਮਾਸ਼ਾਅੱਲਾ ਜੀ ਗੋਪਾ ਸਟਾਈਲ ਬਣਾਇਆ ਹੋਇਆ। ਹਾਂ ਇਹ ਗੋਪਾ ਸਟਾਈਲ ਆ ਮਾਸ਼ਾਅੱਲਾ ਜੀ, ਸਾਡੇ ਘਰਾਂ 'ਚ ਤਾਂ ਫਰਿੱਜਾਂ ਹੁੰਦੀਆਂ ਵਾ, ਅਤੇ ਇੱਥੇ ਜੀ ਠੰਡੀ ਫਰਿੱਜ ਜਿਹੜੀ ਹੈਗੀ, ਠੰਡਾ ਪਾਣੀ ਰਵੇ ਮਾਸ਼ਾਅੱਲਾ, ਵਿਖਾਓ ਨੇੜੇ ਹੋ ਕੇ, ਇੰਨਾ ਸੋਹਣਾ ਇਹਨਾਂ ਨੇ ਘੜੇ ਭਰ ਕੇ ਰੱਖੇ ਹੋਏ ਆ। ਮਾਸ਼ਾਅੱਲਾ ਜੀ ਠੰਡੀ ਫਰਿੱਜ ਹੈਗੀ ਆ, ਇਹ 'ਚ ਪਾਣੀ ਗਰਮੀ ਨੂੰ ਬਹੁਤ ਜ਼ਿਆਦਾ ਠੰਡਾ ਰਹਿੰਦਾ ਹੈਗਾ ਵਾ, ਜਦੋਂ ਲੋਕ ਇਹਨਾਂ ਘੜਿਆਂ ਦਾ ਪਾਣੀ ਪੀਂਦੇ ਸੀ ਤਾਂ ਬਿਮਾਰ ਵੀ ਨਹੀਂ ਸੀ ਹੁੰਦੇ। ਏਦਾਂ ਹੀ ਨੀਚਾ ਪਾਣੀ ਛਿੜਕਾਇਆ ਹੋਇਆ ਵਾ, ਘੜੇ ਰੱਖੇ ਹੋਏ ਆ, ਮਾਸ਼ਾਅੱਲਾ ਦੇਖੋ ਨੇ ਕਿੰਨੀ ਬਿਹਤਰੀਨ ਜ਼ਬਰਦਸਤ ਬਣਾਈ ਗਈ ਹੈ। ਉਧਰ ਜੀ ਅੰਮਾ ਜੀ ਸਾਡੇ ਖਾਣੇ ਦਾ ਇੰਤਜ਼ਾਰ ਕਰਨ ਲੱਗੇ, ਜਲਦੀ ਜਲਦੀ ਆਪਣੀ ਮਤਲਬ ਮਡ ਹਾਊਸ ਦੀ ਸਾਰਿਆਂ ਨੂੰ ਦਿਖਾਉਣ ਸਮਾਨ ਲੈ ਕੇ ਬੈਠੇ ਹੋਏ ਆ। ਅਜੀ ਇਹਨਾਂ ਨੇ ਸਟੋਰ ਕਰਕੇ ਰੱਖਿਆ ਹੋਇਆ, ਬਾਲਣ ਵੀ ਪਿੱਛੇ ਘਰ ਨਜ਼ਰ ਆਉਣ ਡਿਆ ਹੋਣਾ ਵਾ, ਬੰਦ ਕਰੀ ਨਾ ਇੱਥੇ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਹੁਣ ਤੁਹਾਨੂੰ ਆਹ ਚੀਜ਼ ਵਿਖਾਉਂਦੇ ਹਾਂ, ਹਰ ਥਾਂ 'ਤੇ ਇੱਕ ਨਵਾਂ ਸਟਾਈਲ ਮਿਲਦਾ ਹੈ। ਹਾਂਜੀ ਆਹ ਇਹਨਾਂ ਦਾ ਹੈ ਕਿਚਨ ਨਾ, ਕਿਚਨ ਵਾਲੀ ਮਿੱਟੀ ਦੀਆਂ ਡੋਲੀਆਂ ਡੋਲੀਆਂ ਬਣਾਈਆਂ, ਦਰਾਜ ਜਿਹੀਆਂ ਬਣਾਈਆਂ ਦਰਾਜ, ਆਹ ਵੀ ਇੱਥੇ ਇਹਦੇ ਵਿੱਚ ਘਿਓ, ਮਿਰਚਾਂ, ਨਮਕ ਰੱਖਿਆ ਹਰ ਸ਼ੈ। ਥੋੜੀ ਦੇਰ ਬਾਅਦ ਕੁਕਿੰਗ ਕਰਦੇ ਆ, ਨਾਲ ਇੰਜੋਏ ਕਰਦੇ ਆ। ਇੱਧਰ ਜੀ ਉਹਨਾਂ ਨੇ ਬਣਾਈ ਹੋਈ ਆ, ਇਹ ਬਟਨ ਰੱਖਣ ਵਾਸਤੇ ਨਾ ਇਹਨਾਂ ਨੇ ਕੀ ਕਹਿੰਦੇ ਨੇ, ਕੀ ਕਹਿੰਦੇ ਨੇ ਪਿੱਲਰ ਪਿੱਲਰ ਹੋ ਗਏ, ਪਿੱਲਰ ਬਣਾ ਲਈ ਅੰਗੀਠੀ, ਅੰਗੀਠੀ ਨਹੀਂ ਮੈਨੂੰ ਹੋਰ ਦੱਸ ਚੱਲ ਜਾ, ਆਲਾ ਅਸੀਂ ਕਹਿੰਦੇ ਆਲਾ 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 ਆਪਣੀ ਦਿਮਾਗ ਚ ਆਲਾ ਆਲਾ ਹੀ ਕਹਿੰਦੇ।
ਹਾਂਜੀ ਜੀ, ਆਹ ਦੇਖੋ ਮਾਸ਼ਾਅੱਲਾ ਇਹਨਾਂ ਨੇ ਆਹ ਡੰਡਾ ਲਗਾਇਆ ਹੋਇਆ ਵਾ, ਜੇ ਦੇਚਕਿਆਂ ਨੂੰ ਲੇਹ ਲਗਾ ਕੇ ਇੱਥੇ ਟਾਂਗਵੇ ਦੀਆਂ ਲੇਹ ਵੀ ਸੁੱਕ ਜਾਂਦਾ ਹੈਗਾ ਵਾ, ਤੇ ਦੇਚਕਿਆਂ ਵੀ ਇੱਥੇ ਨਾ ਟੰਗੀਆਂ ਰਹਿੰਦੀਆਂ ਹੈਗੀਆਂ ਰਹਿੰਦੀਆਂ ਹੈਗੀਆਂ ਵਾ। ਤੇ ਮਾਸ਼ਾਅੱਲਾ ਇਹ ਲੇਹ ਪਤਾ ਕਿਉਂ ਲਾਉਂਦੇ ਹੈਗੇ, ਇਸ ਤੋਂ ਲਾਉਂਦੇ ਵਾ ਕਿ ਥੱਲੋਂ ਅੱਗ ਬਲਦੀ ਨਾ ਸੇਕਦੇ ਆ, ਥੱਲੋਂ ਸੜੇ ਨਾ, ਇਸ ਲਈ। ਮਾਸ਼ਾਅੱਲਾ ਜੀ ਬਹੁਤ ਹੀ ਵਧੀਆ ਲੱਗਣ ਡਿਆ ਹੈਗਾ ਵਾ। ਆ ਇਹਨਾਂ ਦਾ ਕਿਚਨ ਹੈਗਾ ਵਾ, ਇਹ ਦੂਸਰਾ ਸਰਦੀਆਂ ਵਾਲਾ ਕਿਚਨ ਆ। ਮਾਸ਼ਾਅੱਲਾ ਸਰਦੀਆਂ ਨੂੰ ਇੱਥੇ ਅੱਗ ਬਾਲਦੇ ਆ। ਮਾਸ਼ਾਅੱਲਾ ਜੀ ਇਹਨਾਂ ਸਰਦੀਆਂ ਦਾ ਚੁੱਲ੍ਹਾ ਹੈਗਾ ਵਾ, ਗਰਮੀਆਂ ਨੂੰ ਵੀ ਦੁਪਹਿਰ ਹੋ ਗਏ ਤੇ ਇੱਥੇ ਅੱਗ ਬਾਲ ਲੈਂਦੇ ਆ। ਸਟੋਰ ਕੀਤਾ ਲਸਣ ਹੈਗਾ ਵਾ, ਪਿਆਜ਼ ਵਾ, ਤੇ ਆ ਦੁੱਧ ਰਿੜਕਣ ਵਾਸਤੇ ਮੱਖਣ ਬਣਾਉਣ ਵਾਸਤੇ ਇਹਨਾਂ ਨੇ ਡੰਡਾ ਲਗਾਇਆ, ਮਧਾਣੀ ਟੰਗੀ ਹੋਈ ਆ। ਉੱਪਰ ਛੱਤ ਦੇਖੋ ਮਾਸ਼ਾਅੱਲਾ, ਬਹੁਤ ਹੀ ਜ਼ਬਰਦਸਤ ਸਾਦਾ ਕਾਨਿਆਂ ਦੀ ਤੇ ਬਾਲਣ ਦੀ ਛਿਟੀਆਂ ਦੀ ਬਣਾਈ ਹੋਈ ਆ, ਕਾਨਿਆਂ ਦੀ ਉਹ ਸਰ ਜਾਈ ਦੀ। ਆ ਇਹਨਾਂ ਦੇ ਬਿਸਤਰੇ ਪਏ ਇੱਕ ਸਾਈਡ ਤੇ। ਮਾਸ਼ਾਅੱਲਾ ਜੀ ਇੱਥੇ ਬੱਤੀ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਕਮਰੇ 'ਚ ਰੋਸ਼ਨਦਾਨ ਆ ਬਣਾਏ ਹੋਏ ਆ ਗੋਲ ਗੋਲ ਜਗ੍ਹਾ ਤੋਂ, ਇੱਧਰ ਇੱਧਰ ਹਵਾ ਠੰਡੀ ਅੰਦਰੋਂ ਜਾਂਦੀ ਆ, ਕ੍ਰਾਸ ਹੁੰਦੀ ਆ ਚਾਰ ਚੁਫੇਰੇ ਨਾ, ਇੱਦਾਂ ਠੰਡੀ ਹਵਾ ਆਉਂਦੀ ਜਾਂਦੀ ਹੈਗੀ, ਬਹੁਤ ਹੀ ਮਜ਼ੇ ਦੀ ਹਵਾ ਵਾ, ਠੰਡੀ ਰੂਮ ਠੰਡਾ ਰਹਿੰਦਾ ਵਾ। ਤੇ ਇੱਧਰ ਜੀ ਇਹਨਾਂ ਨੇ ਇਹ ਵੀ ਸ਼ਾਇਦ ਇਹ ਮੇਰੇ ਖਿਆਲ ਇਹ ਚੀਜ਼ਾਂ ਸਟੋਰ ਕਰਨ ਵਾਸਤੇ ਰੱਖਿਆ ਇਹਨਾਂ ਨੇ, ਕੋਈ ਵਾਧੂ ਘਾਟੂ ਸ਼ੈ ਹੋ ਜਾਵੇ ਇਹਨਾਂ ਨੇ ਜੀ। ਦੇਖੋ ਆਹ ਮਿੱਟੀ ਦੀ ਚੀਜ਼ ਬਣਾਈ ਹੋਈ ਹੈ, ਕਪੜੋਲੀ ਟਾਈਪ ਹੀ, ਇਹਦੇ ਵਿੱਚ ਹਰ ਚੀਜ਼ ਗੰਦਮ ਵਗੈਰਾ ਕੋਈ ਵਾਧੂ ਘਾਟੂ ਸ਼ੈ ਵੀ ਰੱਖ ਲੈਂਦੇ ਹੈਗੇ ਆ। ਇੱਦਾਂ ਦੀਆਂ ਭੜੋਲੀਆਂ ਬਣਾ ਕੇ ਰੱਖਦੇ ਆ ਅਨਾਜ ਰੱਖਣ ਵਾਸਤੇ। ਭੋਲੀ ਇਹ ਹੁੰਦੀ ਵਾ ਤਾਂ ਉਹਨੇ ਪੱਕਾ ਵਿਹੜਾ ਨਾ ਖਰਾਬ ਕਰ। ਤੇ ਮਾਸ਼ਾਅੱਲਾ ਜੀ ਇਹਨਾਂ ਦੇ ਇੱਧਰ ਦਰਖਤ ਲੱਗੇ ਹੋਏ ਆ। ਮਾਸ਼ਾਅੱਲਾ ਬਹੁਤ ਹੀ ਸੋਹਣਾ ਘਰ ਹੈਗਾ, ਬਹੁਤ ਹੀ ਵਧੀਆ। ਆ ਇਹਨਾਂ ਨੇ ਫੱਟੀ ਰੱਖੀ ਹੋਈ, ਜਦੋਂ ਅਸੀਂ ਕੱਪੜੇ ਵਗੈਰਾ ਧੋਂਦੇ ਨਾ ਤੇ ਖਾਲੇ ਦੇ ਉੱਤੇ ਲੈ ਕੇ ਜਾਂਦੇ ਆ, ਫੇਸ ਉੱਪਰ ਰੱਖ ਕੇ ਕੱਪੜੇ ਧੋਂਦੇ ਆ। ਆ ਪੜੋਲਾ ਇਹਨਾਂ ਦਾ ਪਿਆ ਵਾ, ਪੋਲਾ ਰੂਮ ਦਿਖਾ ਸਕਦੇ। ਆ ਇਹਨਾਂ ਨੇ ਜੀ ਇਹ ਕੀ ਨਮਾਜ਼ ਵਾਸਤੇ ਕੀ, ਆ ਇਹਨਾਂ ਜੀ ਨਮਾਜ਼ ਪੜ੍ਹਨ ਵਾਸਤੇ ਇੱਕ ਅਲੱਗਾ ਛੋਟੀ ਜਿਹੀ ਜਗ੍ਹਾ ਬਣਾਈ ਹੋਈ ਹੈਗੀ ਆ। ਹਾਂ ਇੱਕ ਇੱਕ ਸਾਈਡ ਦੀ ਇਹਨਾਂ ਨੇ ਜਗ੍ਹਾ ਬਣਾਈ ਹੋਈ ਹੈ। ਮਾਸ਼ਾਅੱਲਾ ਜੀ ਇਹਨਾਂ ਦਾ ਕਮਰਾ ਦਾ ਤੁਹਾਨੂੰ ਵਿਜ਼ਿਟ ਕਰਵਾਉਣੇ। ਡੋਲੀ ਆ ਡੋਲੀ, ਇਹਦੇ ਵਿੱਚ ਨਾ ਕੋਈ ਖਾਣ ਪੀਣ ਵਾਲੀ ਚੀਜ਼ਾਂ ਦੇਖੋ ਰੱਖੀਆਂ ਹੋਈਆਂ ਵਾ ਕਿ ਬਿੱਲੀ ਖਰਾਬ ਨਾ ਕਰਕੇ ਜਾਏ। ਬਿੱਲੀ ਆ ਪੇਟੀਆਂ ਉੱਪਰ ਨੀਚੇ ਜਗ੍ਹਾ ਚੀਜ਼ਾਂ ਰੱਖੀਆਂ ਹੋਈਆਂ ਵਾ ਮਾਸ਼ਾਅੱਲਾ। ਤੇ ਰੂਮ ਸਾਰਾ ਹੀ ਇਹਨਾਂ ਦਾ ਹਵਾਦਾਰ ਆ, ਵਿੰਡੋਜ਼ ਲੱਗੀਆਂ ਹੋਈਆਂ ਵਾ। ਉਸ ਤੋਂ ਬਾਅਦ ਆ ਇਹਨਾਂ ਦੇ ਮਾਸ਼ਾਅੱਲਾ ਆਹ ਜਿਹੜੀ ਚੀਜ਼ ਆ ਨਾ ਇਹ ਕਿਹਨੂੰ ਕਿਹਨੂੰ ਪਤਾ ਕੀ ਆ, ਨਹੀਂ ਪਤਾ ਕਿਸੇ ਨੂੰ, ਮੈਂ ਦੱਸ ਦਿੰਦੀ ਹਾਂ। ਇਹ ਜਿਹਦਾ ਛੋਟਾ ਜਿਹਾ ਬੱਚਾ ਪੈਦਾ ਹੁੰਦਾ ਨਾ ਉਹਦਾ ਇਹ ਝੂਲਾ ਵਾ, ਮੰਜੀ ਦੇ ਨਾਲ ਬੰਨਣ ਵਾਲਾ। ਹਾਂ ਸਾਈਡ ਤੇ ਨਾ ਇਹ ਵਿੱਚ ਬੱਚੇ ਨੂੰ ਪਾਇਆ ਝੂਟੇ ਦੇਈਦੇ। ਮਾਸ਼ਾਅੱਲਾ ਜੀ ਇਹਨਾਂ ਨੇ ਉੱਪਰ ਨੀਚੇ ਆ ਰੱਖੇ ਹੋਏ ਹੈਗੇ ਆ ਕੀ ਕਹਿੰਦੇ ਚੀਜ਼ਾਂ। ਇਧਰੋਂ ਕੱਪੜੇ
ਇਹਨਾਂ ਨੇ ਏਦਾਂ ਕਿ ਟੰਗਦੇ ਹੈਗੇ ਆ ਤਾਰ ਲਟਕਾ ਕੇ, ਕੋਈ ਹਨਾ ਨਹੀਂ ਹੈਗੀ ਅਲਮਾਰੀਆਂ ਅਲਮੂਰੀਆਂ, ਇੱਦਾਂ ਬਿਲਕੁਲ ਨੈਚੁਰਲ ਨੈਚੁਰਲ ਸਾਰਾ ਕੰਮ ਆ, ਦੇਸਕੀਆਂ ਇੱਕ ਦੂਜੇ ਦੇ ਉੱਤੇ ਰੱਖੀਆਂ ਹੋਈਆਂ। ਮੀਟ ਉਸ ਦਾ ਨਾ ਇੱਕ ਆਹੀ ਆਪਣਾ ਹੀ ਨਾ ਇੰਨੀ ਅੰਦਰੋਂ ਮਜ਼ੇ ਦੀ ਖੁਸ਼ਬੂ ਆਉਣ ਰਹੀ ਆ ਨਾ, ਇਹ ਆਦਮੀ ਮਿੱਟੀ ਮਿੱਟੀ ਦੀ ਨਾ ਆ ਬਿੱਲੀ ਵੀ ਆ ਗਈ ਇੱਧਰੋਂ, ਅਤੇ ਇੱਧਰੋਂ ਦੇਖੋ ਜੀ ਆ ਕਮਰੇ ਦੇ ਵਿੱਚ ਦੇਖੋ, ਇੱਧਰੋਂ ਵੀ ਇਹਨਾਂ ਨੇ ਆ ਲਗਾਈ ਹੋਈ ਹਵਾਦਾਰ ਕਮਰਾ ਫੁੱਲ, ਤਕਰੀਬਨ ਇੱਕ ਕਮਰੇ ਦੇ ਵਿੱਚ 3-4 ਵਿੰਡੋਜ਼ ਨੇ, ਦਰਵਾਜ਼ਾ ਹੈ, ਹਵਾ ਕੋਈ ਖੁਦ ਬਹੁਤ ਕ੍ਰਾਸਿੰਗ ਹੁੰਦੀ ਜਾਂਦੀ ਹੈਗੀ ਆ, ਮਾਸ਼ਾਲਾ ਬਹੁਤ ਹੀ ਜ਼ਬਰਦਸਤ ਹੈ ਮਾਸ਼ਾਲਾ ਜੀ ਮਾਸ਼ਾਲਾ। ਜਿਵੇਂ ਇਹ ਡੇਰਾ ਵੀ ਹੈ, ਮਿਡ ਕਿਚਨ ਹੈਗਾ, ਦੂਰ ਆ ਸ਼ਹਿਰ ਤੋਂ ਪਿੰਡ ਤੋਂ, ਨਾਲ ਹੀ ਫਸਲਾਂ ਬਿਲਕੁਲ ਆ, ਇਹਨਾਂ ਦੇ ਖੁੱਡਾ ਹੈਗਾ ਵਾ, ਆ ਇੱਕ ਖੁੱਡਾ ਇੱਕ ਮੁਰਗੀ ਵਾ, ਜਿਹੜੀ ਬੱਚੇ ਦਿੰਦੀ ਹੈ ਨਾ ਮੁਰਗੀ ਉਹਦੇ ਵਾਸਤੇ ਇੱਕ ਸੈਪਰੇਟ ਹੀ ਇਹਨਾਂ ਦਾ ਬਣਿਆ ਹੋਇਆ ਵਾ, ਅਤੇ ਮਾਸ਼ਾਲਾ ਜੀ ਆ ਹਵਾ ਵਾਸਤੇ ਉਹ ਸੁਰਾਖ ਵੀ ਰੱਖੇ ਹੋਏ ਆ, ਅਤੇ ਵਿੱਚ ਮੁਰਗੀ ਹੈਗੀ ਆ, ਮੈਂ ਖੋਲ੍ਹ ਨਹੀਂ ਸਕਦੀ, ਅਗਰ ਮੈਂ ਖੋਲ੍ਹਾਂਗੀ ਤਾਂ ਉਹ ਭੱਜ ਜੂਗੀ, ਅਤੇ ਇੱਧਰੋਂ ਵੀ ਇਹਨਾਂ ਨੇ ਦਰਵਾਜ਼ਾ ਰੱਖਿਆ ਹੋਇਆ ਵੀ ਦੇਖੋ, ਇੱਧਰ ਵੀ ਸੁਰਾਖ ਜਿਹੇ ਬਣਾਏ ਹੋਏ, ਹਰ ਚੀਜ਼ ਇਹਨਾਂ ਦੀ ਨਾ ਹਵਾਦਾਰ ਓਪਨ ਹੈਗੀ ਆ। ਹਾਂਜੀ ਮਾਸ਼ਾਲਾ ਇਹਨਾਂ ਦੇ ਜਿਹੜਾ ਜਾਨਵਰ ਰੱਖੇ ਹੋਏ ਆ, ਮਸ਼ੀਨ ਰੱਖੀ ਹੋਈ ਹੈ ਵੀ ਪੱਠੇ ਇਹਨਾਂ ਨਹੀਂ ਕੁੱਤੇ ਬੰਨ ਕੇ ਹੋਏ, ਨਹੀਂ ਚੱਲਦੀ ਵੀ ਜੀ, ਪਿੱਛੇ ਇਹਨਾਂ ਨੇ ਉਹ ਰੱਖਿਆ ਤੂੜੀ ਵਾਲਾ ਇਹਨਾਂ ਦਾ ਕਮਰਾ ਹੈਗਾ ਵਾ, ਜੇ ਗਿਲਤੀ ਨਹੀਂ ਕਹੀ ਇਸ ਲਈ ਮੈਂ ਇਸਕੇ ਸਾਥ ਖੜੀ ਹੂੰ, ਸਟਿਲ ਹੋ ਗਈ ਜੀ, ਆ ਇਹਨਾਂ ਦਾ ਤੂੜੀ ਵਾਲਾ ਤੂੜੀ ਵੀ ਨਾ ਸਾਫ਼ ਕੀਤੀ ਹੋਈ ਆ। ਹਾਂਜੀ ਮਾਸ਼ਾਅੱਲਾ ਤੁਹਾਨੂੰ ਅੱਜ ਦਾ ਵੀ ਲੋਕ ਕਿੱਦਾਂ ਦਾ ਲੱਗਿਆ ਜੀ ਜ਼ਰੂਰ ਦੱਸਣਾ ਹੈਗਾ, ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ। ਕੱਚਾ ਘਰ ਜੀ ਬਹੁਤ ਹੀ ਜ਼ਬਰਦਸਤ ਲੱਗਿਆ, ਤੁਹਾਨੂੰ ਕਿੱਦਾਂ ਦਾ ਲੱਗਿਆ ਤੁਸੀਂ ਜ਼ਰੂਰ ਦੱਸਣਾ ਹੈਗਾ, ਲਾਈਕ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ। ਨੈਕਸਟ ਵਲੌਗ ਨਾ ਮਿਲਾਂਗੇ, ਨੈਕਸਟ ਵੀਡੀਓ ਨਾ ਮਿਲਾਂਗਾ, ਹੁਣ ਜਾ ਰਹੇ ਕਿਚਨ ਦੇ ਵਿੱਚ, ਅਤੇ ਨੈਕਸਟ ਵਲੌਗਸ ਮਿਲਾਂਗੇ, ਅਤੇ ਹੁਣ ਜੀ ਰੱਬ ਰੱਖ। ਹਾਂਜੀ ਮਾਸ਼ਾਅੱਲਾ ਜੀ ਦੇਖੋ ਠੰਡੀ ਹਵਾ ਰਫਤ ਦੀ, ਨਾਲ ਪਿੱਛੇ ਦਾ ਵਿਊ ਦੇਖੋ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਆ। ਪਹਿਲੇ ਜੀ ਅਸੀਂ ਕਰੀਮ ਵਾਲੇ ਦੇ ਘਰ ਦਾ ਵਿਜ਼ਿਟ ਕਰਕੇ ਆਏ, ਅਤੇ ਹੁਣ ਕਰੀਮ ਵਾਲੇ ਦੀ ਖਾਲਾ ਦੇ ਘਰ ਦਾ ਵਿਜ਼ਿਟ ਕਰਨ ਆਏ ਹਾਂ, ਦੁਕਾਨ ਸਾਰਾ ਘਰ ਤੁਹਾਨੂੰ ਦਿਖਾ ਚੁੱਕੇ, ਬਹੁਤ ਜ਼ਬਰਦਸਤ ਆਪਣੀ ਜਗ੍ਹਾ 'ਤੇ, ਬਹੁਤ ਜ਼ਬਰਦਸਤ ਜਿਹੜਾ ਵਿਊ ਇਹ ਆਪਣੀ ਜਗ੍ਹਾ 'ਤੇ ਬਹੁਤ ਜ਼ਿਆਦਾ ਜ਼ਬਰਦਸਤ। ਕਰੀਮ ਵਾਲਾ ਤਾਂ ਤੁਸੀਂ ਇੱਕ ਨੂੰ ਮੂੰਹ ਮਾੜਾ ਜਿਹਾ ਕਰਿਓ, ਆਪ ਰੋਹਿਤ ਲੋਕ ਹੈ।